ਕੋਈ ਲੁਤਫ ਆ ਰਿਹਾ? ਤੁਸੀਂ ਪਿਛਲੀ ਵਾਰੀ ਆਏ ਸੋ, 50 ਮਿੰਟ ਪੜ੍ਹ ਕੇ ਟੁਰ ਗਿਆ ਸੋ, ਤੂੰ ਇਹ ਸੋਚ ਮੈਂ 50 ਮਿੰਟਾਂ 'ਚ ਤੈਨੂੰ ਦੇ ਕੀ ਚੱਲਿਆ? ਮੌਲਵੀਆਂ ਦਾ ਕੰਮ ਹੁੰਦਾ 4 ਗੱਲਾਂ ਕੀਤੀਆਂ ਤੇ ਢੋਲੇ ਜਿਉਂ ਲੱਗਦੇ ਨੇ, ਪੰਡ 20 ਮਿੰਟ ਪੜ੍ਹਾਈ ਜਾਂਦੇ ਨੇ, ਏਦਾਂ ਹੀ ਹੈ ਨਾ ਗੱਲ ਨਾ ਬਾਤ? ਮੈਂ ਜੋ ਪੜ੍ਹ ਕੇ ਚੱਲਿਆ ਤੇਰੇ ਕਾਕਿਆਂ ਨੂੰ ਵੀ ਯਾਦ ਰਿਹਾ ਹੈ ਨਾ ਯਾਰ? ਸੁਣ ਗੌਰ ਦੇ ਨਾਲ, ਹਰਨ ਪਿਆਂਦਾ ਇੱਕ ਵਾਰੀ ਗੰਡਾ ਫੇਰ ਖੋਲ, ਉਹ ਨੂਰੀ ਧਾਰਾ ਮੈਂ ਵੀ ਵੇਖਾਂ ਜਿਹੜਾ ਫਾਤਮਾ ਨੇ ਵੇਖਿਆ, ਮੈਂ ਆਪ ਤੇਰੇ ਘੋੜੇ ਦੇ ਪੈਰਾਂ 'ਚ ਲੰਮਾ ਪੈਣਾ। ਬਸ ਬ੍ਰੇਕ, 5 ਸੀਨ ਬਿਆਨ ਕਰਨੇ ਨੇ ਮੈਂ, 5 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
ਹੋਵੇ। ਹਜ਼ਰਤ ਅਬਦੁੱਲਾ ਘੋੜੇ ਤੇ, ਇੱਕ ਘੋੜਾ ਜੰਗਲ ਵਿੱਚ, ਦੋ ਹਰਨ ਪੈਰਾਂ ਵਿੱਚ, ਤਿੰਨ ਕਿੰਨੇ ਹੋ ਗਏ, ਬਾਕੀ ਕਿੰਨੇ ਰਹਿ ਗਏ, ਦੋ। ਹਜ਼ਰਤ ਅਬਦੁੱਲਾ ਘੋੜੇ ਤੇ, ਘੋੜਾ ਜੰਗਲ ਵਿੱਚ, ਹਰਨ ਪੈਰਾਂ ਵਿੱਚ। ਇੱਕ ਬੰਦਾ ਹੁੰਦਾ ਹੈ ਜੂਠ, ਇੱਕ ਹੁੰਦਾ ਚਵਲ। ਚਵਲ ਜਾਣਦੇ, ਮੈਂ ਚਵਲ ਦੀ ਤਾਰੀਫ ਕਰਦਾ। ਇੱਕ ਜੱਟ ਨੇ ਖਰਬੂਜ਼ੇ ਲਾ ਲਿਆ ਖੱਖੜੀਆਂ ਪੀਤੀਆਂ, ਤੇ ਉਹ ਇੱਕ ਗਿੱਦੜ ਕਹਿੰਦਾ ਖਾਵਾਂਗੇ ਬਾਈ ਖਾਵਾਂਗੇ। ਉਹਨੇ ਕਿਹਾ ਜੀ ਤੁਸੀਂ ਕਿਵੇਂ ਖਾਓਗੇ? ਉਹਨੇ ਕਿਹਾ ਜਿਵੇਂ ਤੁਸੀਂ ਖਾਓਗੇ। ਉਹਨੇ ਕਿਹਾ ਵੀ ਮੈਂ ਚਾਰ ਸਵੇਰੇ ਖੇਤ ਦੀ ਵਾੜ ਲਾ ਦਿਆਂਗਾ ਫਿਰ। ਉਹਨੇ ਕਿਹਾ ਜਿੱਥੋਂ ਤੁਸੀਂ ਵੜੋਗੇ ਅਸੀਂ ਵੜ ਜਾਵਾਂਗੇ। ਉਹਨੇ ਕਿਹਾ ਮੈਂ ਬੂਹੇ ਗਿੱਡਾ ਵਾਂਗਾ ਮੰਜੀ। ਉਹਨੇ ਕਿਹਾ ਤੂੰ ਉੱਤੇ ਬਹੇਗਾ, ਅਸੀਂ ਥੱਲਿਓ ਲੰਘ ਜਾਵਾਂਗੇ। ਉਹਨੇ ਕਿਹਾ ਉੱਤੇ ਬਹਾਂਗਾ ਮੈਂ, ਥੱਲੇ ਬਹਾਂਗਾ ਕੁੱਤਾ। ਗਿੱਦੜ ਕਹਿੰਦਾ ਰਾਖੀ ਤਾਂ ਨਾ ਹੋਈ, ਚਵਲ ਪਾਉਣਾ ਆਇਆ ਗਿਆ। ਮੇਰਾ ਖਿਆਲ ਕੋਈ ਸਮਝ ਥੋੜ੍ਹੀ ਜਿਹੀ ਆ ਰਹੀ। ਰਾਖੀ ਦੇ ਨਾਲ ਚਵਲ ਪਾਉਣਾ ਆਇਆ ਗਿਆ, ਚਵਲ ਪਾਉਣਾ ਆਇਆ ਗਿਆ। ਤਵੱਜੋ, ਇਹ ਕਿੰਨੇ ਨੇ? 70 ਚਵਲ ਯਹੂਦੀ, ਇਹ ਆਏ ਨੇ ਸ਼ਮੂਨ ਦੇ ਬੂਹੇ ਤੇ। ਦਿੰਦੇ ਵੀ ਨੀ ਪਤਾ ਹੋਣਾ ਵੀ ਸ਼ਮੂਨ ਕਿਹੜਾ ਸੀ। ਉਸ ਕੁੜੀ ਦਾ ਪਿਓ, ਇਹਨੇ ਦਰਵਾਜ਼ਾ ਖੋਲਿਆ, ਮਾਰ ਕਾ ਬਰਾਦਰੀ ਵਾਲੇ ਉਹ ਖੈਰ ਹੈ। ਉਹਨੇ ਕਿਹਾ ਤੇਰੀ ਕੁੜੀ ਕਿੱਥੇ? ਉਹਨੇ ਕਿਹਾ ਉਹ ਤੇ ਮੱਕੇ ਗਈ। ਕੀ ਲੈਣ ਗਈ? ਉਹਨੇ ਕਿਹਾ ਉਹ ਅਬਦੁੱਲਾ ਨਾਲ ਵਿਆਹ ਕਰਨੀ। ਅੱਛਾ, ਅਬਦੁੱਲਾ ਜਵਾਨ ਹੋ ਗਿਆ, ਇੰਨਾ ਪਤਾ ਸਹੀ ਯਹੂਦੀਆਂ ਨੂੰ ਤੇਰੇ ਨਬੀ ਦੇ ਅੱਬੇ ਦਾ ਹੋਇਆ। ਇਹਦਾ ਮਤਲਬ ਵੀ ਅਬਦੁੱਲਾ ਜਵਾਨ ਹੋ ਗਿਆ। ਉਹਨੇ ਕਿਹਾ ਆਹੋ ਲੈ, ਅੱਗੇ ਬੰਦੇ ਦੇ ਪੁੱਤਰ ਸਨ, ਹੁਣ ਲੱਗੇ ਨੀ ਚਵਲ ਬਣ। ਇਹ ਪਿੱਛੇ ਹੋ ਕੇ ਇਹਨਾਂ ਨੇ ਤਿੰਨ ਕਸਮਾਂ ਖਾਧੀਆਂ, ਘਰ ਵਾਪਸ ਜਾਣਾ ਨਹੀਂ, ਠੰਡਾ ਪਾਣੀ ਪੀਣਾ ਨਹੀਂ, ਛਾਂ ਤੇ ਬਹਿਣਾ ਨਹੀਂ, ਜਿੰਨਾ ਚਿਰ ਅਬਦੁੱਲਾ ਨੂੰ ਕਤਲ ਨਹੀਂ ਕਰ ਲੈਂਦੇ, ਤਾਂ ਕਿ ਆਖਰੀ ਨਬੀ ਨਾ ਆਵੇ। ਇਹਨਾਂ 70 ਛੁਰੀਆਂ ਖਰੀਦੀਆਂ ਸ਼ਾਮ ਦੇ ਬਾਜ਼ਾਰ ਚੋਂ, ਉਹਨਾਂ ਨੂੰ ਸ਼ਹਿਰ ਦੀ ਦਿੱਤੀ ਪਾਨ, ਉਹ ਕੱਛ 'ਚ ਲੁਕਾ ਕੇ ਇਹ ਵੀ ਬੀਬੇ ਬੀਬੇ ਬਣ ਕੇ ਆ ਗਏ ਉਸੇ ਜੰਗਲ 'ਚ। ਤੈਨੂੰ ਭੁੱਲ ਭਾਲ ਹੀ ਗਿਆ, ਜਿੱਥੇ ਹਜ਼ਰਤ ਅਬਦੁੱਲਾ ਘੋੜੇ 'ਤੇ ਸੀ, ਘੋੜਾ ਜੰਗਲ ਹੀ ਸੀ, ਹਰਨ ਕਦਮਾਂ ਹੀ ਸੀ, ਇਹ 70 ਵੀ ਉੱਥੇ। ਇਹਨਾਂ ਦੀ ਦੂਰੋਂ ਨਜ਼ਰ ਪਈ ਤੇ ਕਹਿੰਦੇ ਆਹ, ਨਾ ਗਾਰਡ ਨਾ ਬਾਡੀ ਗਾਰਡ, ਤੇ ਇਕੱਲਾ ਕਾਬੂ ਆ ਗਿਆ। ਇਹਨਾਂ ਚਾਰ ਛਫੇਰੇ ਘੇਰਾ ਪਾ ਲਿਆ, ਛੁਰੀਆਂ ਕੱਢ ਲਈਆਂ, ਤੇ ਚੌਵਾਂ ਪਾਸੇ ਨੂੰ ਛੁਰੀਆਂ ਮਾਰਨ ਲਈ ਤੁਰੇ ਆਉਂਦੇ ਨੇ। ਮੇਰੇ ਸਿਰ ਤੇ ਕੁਰਾਨ, ਨਾ ਤੇ ਨਬੀ ਦਾ ਅੱਬਾ ਡਰਿਆ, ਨਾ ਖੌਫ ਖਾਧਾ, ਨਿੰਮਾ ਨਿੰਮਾ ਹੱਸਦੇ ਨੇ ਪਏ ਤੇ ਇੰਜ ਕਰਦੇ ਨੇ ਉਹ ਨਾਲ ਵੇਖ ਕੇ, ਨਾ ਡਰ ਨਾ ਖੌਫ। ਪਹੁੰਚ ਗਏ ਹਜ਼ਰਤ ਅਬਦੁੱਲਾ ਘੋੜੇ ਤੇ, ਘੋੜਾ ਜੰਗਲ ਵਿੱਚ, ਜੰਗਲ ਵਿੱਚ ਹਰਨ ਕਦਮਾਂ ਵਿੱਚ, ਤੇ 70 ਜੂਠ, ਚਾਰ ਚਫੇਰੇ। ਕਿੰਨੇ ਸੀਨ ਹੋ ਗਏ? ਚਾਰ। ਪੰਜਵਾਂ ਸੀਨ ਸੈਯਦਾ, ਤੈਯਬਾ, ਤਾਹਿਰਾ, ਆਮਿਨਾ, ਜਿਹਨਾਂ ਨੂੰ ਪਤਾ ਵੀ ਆਮਿਨਾ ਕੌਣ ਹੈ, ਆ ਮੇਰੇ ਨਬੀ ਦੀ ਸੱਚੀ ਮਾਂ ਹੋਏ, ਉਹ ਮੇਰੇ ਨਬੀ ਦੀ ਅੰਮੀ ਹੋਏ। ਕੌਣ? ਹਵਾ ਨਾਜ਼ਾਲਾ, ਉਹ ਤੋਹਫਾ ਦੇਣ ਲੱਗਿਆ ਬੇਕਦਰਿਆ ਚ। ਹਵਾ ਨਾਜ਼ਾਲਾ ਹੂਰੀਆ, ਦੇਣ ਲੱਗਿਆ ਬੇਕਦਰਿਆ ਚ। ਹਵਾ ਨਾਜ਼ਾਲਾ ਹੂਰੀਆ, ਹਜ਼ੂਰਾ ਸਮਿਆਲ, ਬਜ਼ੂਰਾ ਬਰਦੇਖਮ, ਅਰਵਾ ਕੈਨੂਸ਼, ਅਮੂਰਾ ਸਲਬੀਆ, ਨਿਰਵਾ ਮਰਜਾਨਾ, ਉਰਵਾ ਲਿੰਤਾ, ਸਲਮਾ ਤਮਲੇਕਾ, ਸਖਤਨ ਤੂਨਾ, ਹਾਜਰਾ ਹਾਲਾ, ਗਾਜ਼ਰਾ ਸਈਦਾ, ਮਾਰੀਆ ਹਾਜ਼ਨਾ, ਹਬੀਬਾ ਸਲਮਾ, ਯਲਹਾ ਮਾਦੂ, ਮਾਨਾ ਸੌਦਾ, ਰੁਬਾਬ ਲੈਲਾ, ਸਲਮਾ ਅਵਾਨਾ, ਬਰਰਾ ਅਕੁਰਸ਼ਾ, ਜੰਦਲਾ ਲੈਲਾ, ਆਤਕਾ ਮਾਰੀਆ, ਮਖਸ਼ੀਆ, ਫਾਤਮਾ ਬਿੰਤੇ ਆਓ, ਫਾਤਮਾ ਬਿੰਤੇ ਸਾਦ, ਜਈਆ ਆਤਕਾ, ਸਲਮਾ ਬਿੰਤੇ ਜ਼ੈਦ, ਫਾਤਮਾ ਬਿੰਤੇ ਅਮਰ, ਆਮਿਨਾ ਬਿੰਤੇ ਵਹਬ। 20 ਸਾਲ ਤੁਹਾਡਾ ਮੌਲਵੀ ਪੜ੍ਹਦਾ ਰਿਹਾ ਦਰਸਾਂ 'ਚ, ਪੁੱਛੋ ਕਿਸੇ ਨਬੀ ਦੀ ਮਾਂ ਦਾ ਸ਼ਜਰਾ ਲੱਭਦਾ ਹੈ? ਪੁੱਛ ਲਓ। ਤੇ ਮੈਂ ਰਸੂਲ ਦੀ ਮਾਂ ਦਾ ਸ਼ਜਰਾ ਪੜਿਆ, ਇਹਨੂੰ ਰਿਕਾਰਡ ਕਰਕੇ ਨਾ ਕੇਸਰੀ ਚੋਂ ਆਪਣੇ ਘਰ ਇੱਕ ਬਣਵਾ ਕੇ ਨਾ,
चाट पैनल और लाए तेरी धी दे घर पुत्र नहीं जमदा। उठ के सवेरे पहला चुमे नबी दिया मावां दे नाम, फिर नौ बारी पढ़े, साल तो बाद मुंडा ना जमे तो मैनू फोन करिया। तेरी धी दे नसीब नहीं खुल दे, एक बारी इन चुमे फिर नौ बारी पढ़े फिर ना खुलन ते मैनू दसी ये नबी दिया मावां नहीं। मैं चार सीन पढ़ चुकिया, पंजवा सीन नबी दी अम्मा हजरत आमना दा अब्बा वाहब, नबी दा सक्का सौरा नाना नाना नाना, ये किसे कम गया ते कम करके ते ये भी कोड़ा पजांदा हुंदा, ये भी उसे जंगल च। मेरे का पांच पूरे हो गए, पांच एक बारी पांच रिपीट कर लो ताकि शादी नूं अगे चला के मैं मुकम्मल करा। हजरत अब्दुल्ला सारे बोलो, कोड़ा हरन झूठ चार चवेरे और हजरत वाहब बिन अब्दे मनाफ जोरी हजरत आमना दा अब्बा जंगले एक घोड़ा भजाई आउंदा, यकदम इहदी नजर पई एक मुंडा दरम्यान च ते 70 बंदे उहनूं मारन वास्ते आ रहे। दूरों खलो के वेख के ओए ओए मुंडा ते अरबी है, नकाब सी ना चेहरे ते, तलवार भी अरबी है, इहदा घोड़े का स्टाइल भी अरबी है, इहदी वजाकत ते अमामा भी अरबी है, इह झूठ इहनूं मारदे क्यों ने। फिर जेन चंद छड़ पर सानू की चलिए, फिर जेन चाहूंदा है भी जे तू इनू मरदा छड़ के टुर जाए तेरी सरदारी नू लज लग। ओए नबी दे नानके नहीं होए, ओथे ही खलो के ना रकाब विच पैर रख के कहिंदा हलो भाई ओ डरी ना तगड़ारी मायू, ए ही नबी दा नाना। तेनू मिलाद दा मुड सुनाण दिया तू पता नहीं किस तरह सुनदा है, ए ही नाना हला भाई ओए तगड़ा रे डरी ना मैं आया। जदों उधर घोड़ा कीता जमीन ने फड़िया घोड़ा, घोड़े ने फड़िया वाह, हवावां विचों फजावां विचों आवाज ना, इत्थे ही खलो ते वेख इन्हां झूठां नाल असीं की कर रहे हैं। मेरा ख्याल तकरीर दी समझ आउंदी, यकदम वाह ने सज्जे वेख्या खब्बे वेख्या अगे वेख्या पिछे वेख्या, उतां वेख्या ते 70 घोड़े उत्तों उतरदे ने पए, हर घोड़े ते इक कुंडलां वाले वाले वाला जवान बैठा मोढ़े ते तलवार है, ए एक एक जूड़ दे सिर ते एक एक सवार उतरिया। एक मिनट जे 17 दे गाटे इधर ते ताड़े इधर, 70 वारी बदली कड़की 70 वारी बिजली डिगी, ये 70 सुआ दियां ढेरियां बन गए। वो जिधरों आए सन उधर टुर गए। रुक पहला नुकता, इस नुकते हज़रत साहब उठ के दात दे आ जे, इस तो अजीम नुकता मेरे कोल कोई नहीं। जिन्हें दुनिया च रूए जमीन ते इंसान ने इन्हां नालों 10 गुना ज्यादा जिन ने, जिन तुहाड़े नाल 10 गुना ज्यादा ने, फिर जिन्हें जिन ने इन्हां नालों 10 गुना ज्यादा जानवर ते परिंदे ने, उन्हां नालों 10 गुना ज्यादा फरिश्ते ने जमीन ते। अल्लाह जी जे तुसीं झूठ मार नहीं सन तो उत्तों जो कले ने, जे मेरा हक बने तो मौलवी साहब दस दिया जे उत्तों जो कले ने। थल्यों को पांच फरिश्ते टोर दे आडे मोढ़ियां ते बैठे इन्हां नूं 2 लाख कर दे ये जाके मारदे नहीं आ फिक्र आ गए सुन। उत्तों अल्लाह ने कहा जाहल नजम शाह तेनू लोक अलामा आंदे ने, जवानी ओदी जिथों दा कोई होवे ओदी सिक्योरिटी ओथों आउंदी आ। क्या बात है, सुभान अल्लाह, क्या बात, कमाल हो गया, क्या बात, सुभान अल्लाह, जिथों दा कोई होवे ओ बोलो भाई चुप ओदी सिक्योरिटी। गनमैन मेरा मेरे नाल व्याहड़ी आया, मैं किराया ते नहीं लिया, जिथों तक होवे तू अजे भी नबी नू मक्के दे ही खमी बैठा है। ये ते तोहफा सी और रब दी वहदत दी कलूनी दा जेड़ा उन्हें तेनू बेकदरे नू बोलो ते सही है बेकदरे नू आ तवज्जो मा कदरुल्ला हक्का कदरे ऐत पढ़ना मा कदरुल्ला हक्का कदरे अल्लाह अल्लाह माफा दें दी अपने बीब नू तेरी उम्मत ने मेरी कदर नहीं की थी। तेरी समझ नहीं गल मैं उन उठे जाके खलो के कमा भी बत्ती आले मेरी कदर नहीं की थी। ते एक बंदा मैंने पूछे शाह जी बत्ती च गया सा ते मैं कमा नहीं
وہ کہنے پہلا شاہ جی اکل دے کیپسول کھاؤ بھی تسی جاندے ہو تانوں منجی پیڑی نہ دیندے تانوں پانی نہ پیاندے تے بے قدری کر دے اللہ نوں رل کے پوچھئے تے صحیح آیا ساڈے کول کدی آیا بھی تیری اسی بے قدری کیتی ہوئے اللہ نے کہا میں آن تو جان تو بہن تو اٹھن تو پاک ہاں میں ایک اپنی صورت دے کے بھیجیا سی تو میری تصویر دی بے قدری کیتی ہے او دی نہیں کیتی میری کیتی میری کیتی سن غور دے نال جاؤ جدروں آئے سی او در ٹور گیا ان لطف لے اوڑے نے چھڑیا زمین زمین نے چھڑیا کوڑا اوڑے نے چھڑیا باب حضرت باب کوڑا پجان دے ہوئے جناب عبداللہ دے قریب آئے او درمیان چھلوتے نے تو سوادیاں ٹیلیاں تسی جان دے قریب آگے بہت بڑا جملہ بولنے لگا آنج پوچھتے ہیں کاکا جی چاچا ہے نا تقریر چیک تسلسل ہے نا کاکا ہن ٹولے کودر دا لاندے نے کودر دا لاندے نے خطابت کر کے ٹر گئے کاکا جی چاچا پترے کلہ جنگل نہ آیا کر حضرت عبداللہ کہنے لگے پتہ نہیں انہوں پتہ نہیں پہ ایک کون ہے تینوں پتہ نہیں او کون ہے اے چاچا کیوں تیرے دشمن تیر نے فرمایا چاچا کانورا کر دشمن ویکھے نہیں سجنیوں نظر ہے اگلا جملہ میں جلدی پڑھ جانا ہے سمجھ آوے نہ آوے جنہ دیا تھی یہاں جوان ہیں انہوں نے سمجھ آئے گی دوجہ انہوں نہیں ہوں مسکر آگے فرمان لگے ماں اسموں کا تیرا نام کی انتارف آپ نے فرمایا اسمی عبداللہ میرا نام عبداللہ من ابو کا تیرا باپ کون نے فرمایا عبد المطلب کتھوں دا رہنا لے مکہ دا کونوں دے وہ ہاشمی حیرانوں کے گندہ ہوئے ہوئے سردار دا پتر ہے جی وہ سارے تو سونا تو ہی ہے جی وہ کڑیاں تیرا ہی راویندیاں نے جی وہ تیرا ہی سو اوٹ تیرے ابے نے دیتا سی جی ویاہ ہوئے یا کوارا ہے جڑے سمجھ گیا نے میرے لفا جڑے سمجھ اوہ کارامنا جوانے ہوئے تو نبی دا ملا سننا ہے آجے تے ابھی اممہ نو ملا نہ ہوئے نتفارے ویاہ ہوئے یا کوار ہے آپ فرمان لگے آجے نہیں ایک کینٹہ دے 20 منٹ ہوگا میں پڑھ دیا ہوں جڑے نے 45 منٹ پڑھ کے ٹرٹ جانے تے کر جا کے تولی پہ مکی دے چلیا تو آگے اینا سوا کہنٹے سن گوھر دینا چاہیں گل سنی آپ اس طرح کے کہنے لگے چاچا جے میرا ویا نہیں ہویا کوڑا پجایا آیا اپنے قبیلے جواب اگے کھلوتی ہے میرے نبی دی سکی نانی برا اے پیان دیا بسم اللہ میرا سردار آ گیا اے پیان دیا نہیں برا مبارک ہو بھی بے سردار کا دی او مبارک ہو بھی میں تیری آمنا واسطے منڈا پسند کر آیا کوئی جوڑ جڑتا جان گیا کوئی سمجھ آن دی جان دی میں تیری آمنا واسطے کاکا اممہ جی پوچھتے ہیں اوڈا نام کی ہے عبداللہ کدا پتر ہے عبد المطلب کتھوں دا رہے نالا مکہ دا کون دینے ہاشم او سونا سرکار فرما دینے نبی دی نانی کہی دیوے تو سردار ہے دے میں بھی کمیاں دی تھی نہیں بے جنہوں دی تیرے کار آئیاں میں کدھی کچھ منگیا نہیں پہلی واری منگنی آوے اگر بیری تے بیر پک جائے لوکی لالی دینے او تی جوانی انجی دوڑ کے جا عبد المطلب نو کہے میں سردار بن کے نہیں سوالی بن کے آیا آبا دو میں رشتے دار بن جائی او تھی نبی دا نانا ٹر پہ بولو تے سی نبی دا نانا ٹر پہ عرب دا رواج 18 سردار سن عرب دے مکہ دے ایک کعبے نہ ٹولا کے بہ جاندے جنہیں کسے سردار دے پتر ہوندے وہ تلواراں لے کے پیچھے کھلو جاندے جنہیں غلام تے نوکر ہوندے سیر سوٹ کے اگے کھلو جاندے آن والے بندے نو پتہ لگدا پی او دے اینے پتر نے اے دے اینے پتر نے اے دے اینے پتر نے اے دے اینے غلام نے او دے اینے غلام نے
جان فاہ بڑے آنا حرمت تے عبدل مطلب سردار دی پئی ہے نظر تے اٹھ کے کھلو گئے پی قبیلے دا سردار آیا تے اے دا ادب کرنا چاہید ہے اٹھ ہی کھلو کے کہندا اجلسیا سیدی و مولائی میرے سردار بہ جا میں اج سردار بن کے نہیں مینو نہیں پتا تو کی مندا ہے کی سن میں اج سردار بن کے نہیں سوالی بن کے آیا میرے نبی دا دادا کہندا مانگو اے اسی ہاشمیاں بوئے تے آیا سوالی کدی موڑیا نہیں لطف آ رہا بتی والے اے پتر تیرے یا نکاح والا فرمایا بسم اللہ میرا نکاح پتر ہے انہوں نے کہا میری تھی جوان ہے تیری رشتہ داری نہ کر لی ہے حضرت ادم تڑ کر اورا میں نا میرے کان نے چداس تیری تھی دا نام کی ہے کی نقطے پڑا تیری تھی دا نام کی انہوں نے کہا کان نے ادھر کر آمنا انہوں نے کہا ہاں خواباں وچ کہن الان دا سی بھی آمنا لبھی مسکرا کے کہنے لگے چل جا کے تیاری کر رجب دی پہلی تاریخ میں سیرا بن کے پتر دے متھے دے آواں رجب دی پہلی تاریخ ہے سو وار دا دن میں دیکھی مکا کے چلیا کیڑی جگہ تے آں اے ہاشمیاں دی جنج چڑھی ہے ہن پتہ لگی جنتریاں چ ڈیریاں چ سو وار نو پیر وار کیوں آندے نے مینوں نہیں پتہ کی سمجھدے ہو ہر ڈیری وچ سوموار نہیں لکھیا ہوندا پیر حالاں منگلوار بدھوار جمعرات ادا نا تے جدوں سوموار آوندا تے اوتھے وار نہیں پیر لکھیا ہوندا ہن سمجھ آئی ہے پیر کیوں ہے او پیراں دی جنج چڑھی ہے جائیں برا ٹکی ہے بنی زورا قبیلے دے گھر او رات سوار دی نکا ہویا نبی دے ابے تے اماں دا او تارا جڑا باپ دے متھے چمکدا سی او ماں دے شکم وچ منتقل ہویا ٹیلی فون کرن اوتھوں آیا خیر جی تارا منتقل ہو گیا نبی دا نور اپنے باپ دے شکم اتری چوں منتقل ہو کے ماں دے شکم اتری چلا گیا بہت بڑا نقطہ لگا پڑھ سویرے حضرت عبداللہ اٹھے دن منگل دا اٹھ کے اپنے کمرے چوں نکلے نے تے باہر جنگل بہن واسطے گئے جدو مڑ کے آئے نا تے چہرے تے غصہ علامہ صاحب تے حضرت آمنہ نو آ کے آمینہ وہ بی بی تو کونڈ لا کے کہندی ہے صدقے جاواں غصہ چنگا نہیں لگدا فرمایا کیوں نہ غصے ہواں ایک رات اوے سنیو غور نال ایک رات تیرے نال گزاری ہے میری زندگی دا قانون ہی بدل گیا آرام نال آرام نال آرام نال رونا نہ پاس سن قانون ہی بدل گیا اما جی کہندے نے بسم اللہ کراں کیویں اگے اگے میں اٹھ کے باہر نکلدا سا نا تے مینوں بکریاں سلام کردیاں مینو درخت سلام کر دے مینو کندا سلام کر دیا ایک رات تیرے نال گزاری ہے مینو کسے لفٹایا نہیں نبی دی ماں اٹھی اپنے شوہر دا متھا چوم کے کہندی ہے صدقے جاواں کل شام تک مینو کوئی نہیں سی جاندا اچھا جا بے قدرے ہو کل شام تک مینو کوئی نہیں سی جاندا اج سویرے اٹھیاں باہر نکلیاں بکریاں دیاں نے یا منا تو انا کے قد ہملتے بے سید المرسلین مبارک ہو بھی نبیاں دے سلطان دی ماں بن گئی نعرہ تکبیر نعرہ رسالت نعرہ رسالت نعرہ رسالت کوئی لطف آیا کہ بو رہے کوئی مزہ آیا کہ بو رہے ہو تین دن منڈا سوریاں تے رہندا سی کنے دن تین دن تے چوتھے دن اپنی ووٹی نو لے کے مکلاوا لے کے تے اپنے پیکے گھر رہندا سی ہن نبی دا نور تے ماں دے شکم وچ ٹر گیا ہن 9 مہینیاں تو بعد تیرے نبی نے آنا دنیا وچ انہاں 9 مہینیاں وچ کی ہویا اے مینوں 1.5 گھنٹے دا یاد ہی نہیں تے کسے ہور نو کہیں پڑھ پہلے مہینے کی ہویا ہے دوجے کی ہویا ہے تریجے کی ہویا ہے چوتھے کی ہویا ہے ایک ڈگے نال سارے پنڈ نہیں پینی دے میں بڈھا بندہ مسلسل پڑھ رہا لگاتار اج مینوں 22-23 دن چوی ہو گئے نے مسلسل پڑھ دیاں تے اجے ربیع الاول باقی ہے تے پھر 19 نو میری فلائٹ ہے تے 22 نو بغداد پڑھنا ہے کوئی لطف آیا کہ بور ہوئے ہو جنہاں دا سینہ ٹھرے ہاتھ کھڑے کرو اے کر نبی دا میلاد منایا کر رہے
कर नबी दा मिलाद मनाया कर।